व्यूवर्स उम्मीद करता हूँ आप सब खैर आफियत से होंगे मैं हूँ जुनैर अशरफ़ आज की वीडियो एक इन्फॉर्मेटिव वीडियो है क्योंकि आजकल ज़्यादातर दोस्त क्लोज फार्मिंग कर रहे हैं जानवरों को एक जगह पे रख के उनकी केयर कर रहे हैं और उनसे प्रॉफिट कमा रहे हैं इस तरह हमारे कुछ इलाके में बकरियों की जो चढ़ाई वगैरह पे फार्मिंग की जा रही है जब चराई पे फार्मिंग की जाती है तो कि यानी कि लांगी ये बकरियों की सर्दियों के मौसम में एक इंतहाई मुफीद गज़ा समझी जाती है ख़ुराक समझी जाती है तो इसके कुछ फ़ायद जानने की कोशिश करेंगे आज इन वीडियो में और जो लोग क्लोज़ फार्मिंग कर रहे हैं वो भी अपने इलाके से ये लांगी जो कि जिसे हम कहते हैं मैं आपको थोड़ा सा दिखा भी देता हूँ ये मैं थोड़ा सा क्लोज़ करके दिखा देता हूँ ठीक है ये इसकी हाइट लेंथ काफ़ी अच्छी होती है इस दरखत की तो आप खुद इसे काट के भी अपने जानवरों को डाल सकते हैं इसके फ़वाद सुनने के बाद ही आप इसे डालिएगा इन उम्मीद करता हूँ आपको वीडियो अच्छी लगेगी तो चलें जी वीडियो शुरू करते हैं जी सलाम जी पहला जी अपना नाम दस दौ मोहम्मद अशरफ गुजर जी तो अपना एड्रैस की है जी एड्रैस अड्डा चक नंबर चौठ फोर आर जिला साहिवाल बेहतरीन है अड्डा कादराबाद जी ਨੂਰ ਸ਼ਾ ਰੋਡ ਦੇ ਉੱਤੇ ਨਾ ਗੈਂਬਾ ਰੋਡ ਪੈਂਦਾ ਜੀ ਅੱਛਾ ਜੀ ਤੁਸੀਂ ਕਿੰਨੇ ਟਾਈਮ ਤੋਂ ਬੱਕਰੀ ਫਾਰਮਿੰਗ ਕਰ ਰਹੇ ਜੀ ਅਸੀਂ ਫਾਰਮਿੰਗ ਕਰਦੇ ਹਾਂ ਤਕਰੀਬਨ 40 ਸਾਲ ਹੋ ਚੱਲੇ 42 ਸਾਲ ਹੋ ਗਏ ਬੱਕਰੀ ਚਾਰ ਦਿਨੋਂ ਬਾਕੀ ਉਮਰ ਤਾਂ ਤੁਹਾਨੂੰ ਪਤਾ 55 ਸਾਲ ਬਿਹਤਰੀਨ ਅੱਛਾ ਜੀ ਸਾਡੇ ਦੋਸਤ ਅੱਜਕੱਲ ਕਲੋਜ਼ ਫਾਰਮਿੰਗ ਯਾਨੀ ਕਿ ਨਵੇਂ ਤਰੀਕੇ ਨਾਲ ਬੱਕਰੀਆਂ ਦੀ ਫਾਰਮਿੰਗ ਕਰ ਰਹੇ ਨੇ ਜੀ ਜੀ ਤੇ ਉਹ ਜਿਹੜੇ ਫਾਰਮਿੰਗ ਕਰਦੇ ਨੇ ਉਹਨਾਂ ਕੋ ਲੰਗੀ ਯਾਨੀ ਕਿਕਰ ਵਗੈਰਾ ਬੱਕਰੀਆਂ ਨੂੰ ਨਹੀਂ ਡਾਲਦੇ ਜੀ ਜੀ ਤੁਸੀਂ ਯਾਨੀ ਕਿ ਆਪਾਂ ਪੁਰਾਣੇ ਤਰੀਕੇ ਨਾਲ ਬੱਕਰੀ ਫਾਰਮਿੰਗ ਕਰ ਰਹੇ ਆ ਤੇ ਬੱਕਰੀਆਂ ਨੂੰ ਵਸੀਮ ਮਕਦਾਰ ਚ ਕਿਕਰ ਫਾਰਮ ਕਰ ਰਹੇ ਆ ਜੀ ਜੀ ਤੇ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਕੀ ਫਾਇਦੇ ਨੇ ਕਿਕਰ ਡਾਲਣ ਦੇ ਬੱਕਰੀਆਂ ਇਹਦੇ ਵਿੱਚ ਇਹ ਕਿਕਰ ਨਾਲ ਬੜਾ ਖੁਸ਼ਕ ਹੁੰਦਾ ਵਾ ਜੀ ਤੇ ਇਹਦੇ ਵਿੱਚ ਹਰ ਚੀਜ਼ ਬਹੁਤ ਹੀ ਯਾਨੀ ਕਿ ਖੁਸ਼ਕ ਹੁੰਦਾ ਵਾ ਜੇ ਪਿੰਡੇ ਦੇ ਵਿੱਚ ਜੋ ਜਰਾਸੀਮ ਗੰਦੇ ਹੁੰਦੇ ਨੇ ਨਾ ਬਿਮਾਰੀ ਮੂਰੀ ਸਭ ਮਾਰ ਦਿੰਦੇ ਆ ਅੱਛਾ ਜੀ ਤੇ ਬਾਕੀ ਜਿਹੜੀ ਬੱਕਰੀ ਕਿਕਰ ਖਾਂਦੀ ਆ ਉਹਨੂੰ ਕੋਈ ਟੀਕੇ ਦੀ ਦਵਾਈ ਦੀ ਲੋੜ ਨਹੀਂ ਗਈ ਕਿਸੇ ਚੀ ਤੇ ਕਿਸੇ ਕਿਸਮ ਦੀ ਲੋ ਨਹੀਂ ਉਹਨਾਂ ਮਾਸ਼ਾਅੱਲਾ ਹਾਂਜੀ ਤੇ ਜਨਵਾਰ ਲਾਂਗੀ ਯਾਨੀ ਕਿ ਫਲੀਆਂ ਦੇ ਮੌਸਮ ਨਾਲ ਜੋ ਤੁਕੇ ਲੱਗਦੇ ਨੇ ਵਿਸਾਖ ਚ ਜੇ ਵਿਸਾਖ ਜੇਠ ਹਾਰ ਤਿੰਨ ਦੋ ਵਿਸਾਖ ਤੇ ਜੇਠ ਦੋ ਮਹੀਨੇ ਵਿੱਚ ਫਲੀਆਂ ਖਾਣੇ ਹੈ ਬੜੀ ਤਾਕਤ ਹੁੰਦੀ ਹੈ ਤੇ ਬਾਕੀ ਜਿਹੜੀ ਅੱਜਕੱਲ ਲਾਂਗੀ ਆਸੂ ਕੱਤੇ ਦੇ ਵਿੱਚ ਅੱਛਾ ਜੀ ਤੇ ਇਹ ਫੁੱਲਾਂ ਵਾਲੀ ਲਾਂਗੀ ਤੇ ਇੰਜ ਹੁੰਦੀ ਮੈਂ ਦੇਸੀ ਘਿਓ ਮਿਲ ਗਿਆ अच्छा जी आजकल मतलब कि आजकल सर्दी ਦੇ ਮੌਸਮ ਚ ਸਿਰਫ ਲੰਗੀ ਹਾਂਜੀ ਨਹੀਂ ਲੰਗੀ ਦੇ ਨਾਲ ਪੱਠਾ ਵੀ ਦੇਣਾ ਚਾਹੀਦਾ ਨਾ ਦਾਣਾ ਵਗੈਰਾ ਤੇ ਪਾਉਣੇ ਆ ਹਾਂਜੀ ਬਾਕੀ ਪੱਠਾ ਹਰਾ ਥੋੜਾ ਥੋੜਾ ਮਿਲੇ ਨਾ ਹਾਂਜੀ ਤੇ ਅੱਛਾ ਹੁੰਦਾ ਵਾ ਬਿਹਤਰੀਨ ਹਾਂਜੀ ਅੱਛਾ ਤੁਸੀਂ ਫਲੀ ਦੀ ਲੰਗੀ ਦੀ ਫਲੀ ਦੀ ਗੱਲ ਕੀਤੀ ਉਹ ਗਰਮੀ ਦੇ ਸੀਜ਼ਨ ਚ ਹੁੰਦੀ ਹੈ ਉਹ ਜਿਹੜੀ ਨਾ ਉਹ ਗਰਮ ਜਿਹੇ ਜਦੋਂ ਹੁੰਦੀ ਹੈ ਨਾ ਆਪਣਾ ਵਿਸਾਖ ਹਾਂਜੀ ਸਲੰਬੀ ਚੌਥਾ 33 ਚੌਥਾ ਮਹੀਨਾ ਹੁੰਦਾ ਜੀ ਉਹਦੇ ਵਿੱਚ ਆਉਂਦੀ ਹੁੰਦੀ ਹੈ ਬਿਹਤਰੀਨ ਹੈ ਅੱਛਾ ਇਹ ਜਿਹੜਾ ਕਿਕਰ ਦੇਖ ਰਹੇ ਆ ਜੀ ਹਾਂਜੀ ਹਾਂਜੀ ਓ ਜਨਾਬ ਫਲੀਆਂ ਲੱਗਦੀਆਂ ਨੇ ਜੀ ਉਹ ਬੱਕਰੀਆਂ ਨੂੰ ਡਾਲੀਦੀਆਂ ਆਪਾਂ ਆ ਫਲੀਆਂ ਨਾ ਲੱਗਦੀਆਂ ਵਿਸਾਖ ਚ ਵਾਢੀ ਚ ਜੀ ਵਾਢੀ ਜਦੋਂ ਕਣਕ ਕੱਟੀ ਜਾਂਦੀ ਹੈ ਹਾਂਜੀ ਉਦੋਂ ਬਾਅਦ ਬਾਕੀ ਅੱਜ ਕੱਲ੍ਹ ਇਹ ਲੰਗੀ ਤਾਂ ਪੌਨੇ ਨਰਮਾ ਚਾਰੀ ਦਾ ਨਾ ਹਾਂਜੀ ਨਰਮੇ ਦੇ ਨਾਲ ਜਿਹੜਾ ਨਾ ਬਿਸ਼ਾਪ ਨਰਮੇ ਨੂੰ ਕੋਈ ਅੱਗੇ ਜੇ ਨਰਮੇ ਹੁੰਦੇ ਦੇਸੀ ਜੀ ਹੁਣ ਨਰਮੇ ਹੈਗੇ ਨੇ ਮਸਾਲੇ ਜ਼ਹਿਰਾਂ ਦੇ ਬਣਾਏ ਹੋਏ ਹਾਂਜੀ ਜਿਹੜੀ ਬੱਕਰੀ ਖਾਂਦੀ ਔ ਲਉ ਮੋਦੀ ਆ ਇਦਾਂ ਤੇ ਇਹ ਜਦੋਂ ਖਾਂਦੀ ਨਾ ਨਾਲ ਕਿਕਰ ਕਿਕਰ ਇੰਜ ਸਮਝ ਲਓ ਵੀ ਜੋ ਮਸਾਲਾ ਦਿੱਤਾ ਜਾਂਦਾ ਮਸਾਲੇ ਦੀ ਦਣਾ ਵੀ ਚੰਗਾ ਸਹੀ ਹੈ ਜੀ ਬਾਕੀ ਤੁਸੀਂ ਕਹਿੰਦੇ ਕਿਕਰ ਨਾਲ ਕੋਈ ਚੀਜ਼ ਨਹੀਂ ਰਾਲਦੀ ਬਾਕੀ ਜੋ ਮਸਾਲਾ ਦੇ ਲੋ ਦੇਸੀ ਘਿਓ ਦੇ ਲੋ ਇਹ ਕਿਕਰ ਵੱਧ ਹੈ ਬੇਹਤਰੀਨ अच्छा किकर खान ਤੋਂ ਬਾਅਦ ਬੱਕਰੀ ਨਾ ਕੀ ਮਤਲਬ ਉਹਨਾਂ ਦੀ ਸਿਹਤ ਕਿਦਾਂ ਦੀ ਹੋ ਜਾਂਦੀ ਹੈ ਸਿਹਤ ਦੀ ਚਮਕ ਆ ਜਾਂਦੀ ਆ ਪਿੰਡੇ ਤੇ ਚਮਕ ਆ ਜਾਂਦੀ ਆ ਪਿੰਡੇ ਚਮਕ ਜਿਹੜੀ ਬੜਾ ਫਿਮਣੀਆਂ ਜਾਂ ਨਹੀਂ ਨਿਕਲਦੀਆਂ ਫਿੰਸੀਆਂ ਹਾਂਜੀ ਉਹ ਵੀ ਇਹਨਾਂ ਦੀ ਮਰ ਜਾਂਦੀਆਂ ਨੇ ਰਸੋਲੀ ਨਹੀਂ ਬਣਦੀ ਸਹੀ ਹੈ ਜੀ ਤੇ ਬਾਕੀ ਬੱਕਰੀ ਮਾਸ਼ੱਲਾ ਜਿਹੜੋ ਡ੍ਰੀਮ ਨਹੀਂ ਕਰਦੇ ਬੱਚੇ ਦੀ ਬੜੀ ਸੈਟ ਹੋ ਕੇ ਨਿਕਲਦੀ ਆ ਬਿਹਤਰੀਨ اچھا ਜੀ ਤੁਸੀਂ ਅਖੇ ਰਸੋਲੀ ਨਹੀਂ ਕਰਦੀ ਤੇ ਕਿਹੜੀ ਉਹ ਖੁਰਾਕ ਜਿੰਦੀ ਵੇਲੇ ਤੋਂ ਬੱਕਰੀਆਂ ਜ਼ਿਆਦਾ ਰਸੋਲੀ ਵੀ ਬਣਾ ਜਾਂਦੀਆਂ ਨੇ ਜੇ ਸਮਝੋ ਜਿਹੜੀਆਂ ਬੱਕਰੀਆਂ ਸੈਲੇ ਖਾਂਦੀਆਂ ਨਾ ਇਹਨਾਂ ਨੂੰ ਕੋਈ ਮਿਰਚ ਮਸਾਲਾ ਨਹੀਂ ਮਿਲਦਾ ਉਹਨਾਂ ਨੇ ਵਾਜਬਾਦੀ ਦੀ وجہ बन ਜਾਂਦੀ ਜੇ ਜੇਤੇ ਕੋ ਬੱਕਰੀ ਟੱਕਰ ਮਾਰੇ ਜਾਂ ਕੋ ਫਿਰਸੀ ਨਿਕਲੇ ਵੇ ਕੇਲ ਪਟੇ ਜਾਂ ਬੱਕਰੀ ਜਾਨੀ ਕਿ ਵਾਲ ਪਟੇ ਜਾਂ ਜਿਹਨੂੰ ਕਹਿੰਦੇ ਹਾਂਜੀ ਉਹਦਾ ਨਾ ਇਸ ਤਰ੍ਹਾਂ ਫਿਰ ਸੌਲੀ ਤਾਂ ਬਣਦੀ ਆ ਬਿਹਤਰੀਨ ਅੱਛਾ ਤੁਸੀਂ ਵਾਈਵਾਦੀ ਦੀ ਗੱਲ ਕੀਤੀ ਉਹ ਖਤਮ ਕਰਨ ਲਈ ਜਾਨਵਰਾਂ ਦੀ ਇੱਕ ਤਾਂ ਦੱਸੋ ਹੁੰਦੀਆਂ ਨਿਸ਼ਾਨੀਆਂ ਕੀ ਨੇ ਹਾਂਜੀ ਕਿ ਜਾਨਵਰ ਨੂੰ ਪਤਾ ਲੱਗ ਜਾਏ ਕਿ ਉਹਨੂੰ ਆ ਵਾਈਵਾਦੀ ਵਗੈਰਾ ਹੈ ਤੇ ਉਹਨੂੰ ਕਿੰਜ ਆਪਾਂ ਖਤਮ ਕਰ ਸਕਦੇ ਹਾਂ ਉਹਨੂੰ ਵੇਖੋ ਜੀ ਜਿਹੜੇ ਨਾ ਜੁਆਣਾ ਜੁਆਣਾ ਮਸਾਲੇ ਦਿਓ ਹੂੰ ਅੱਬਲਾਂ ਦੇ ਚੌਥੇ ਦਿਨ ਦਿਓ ਥੋੜੇ ਥੋੜਾ ਸਹੀ ਹੈ ਜੀ ਕਾਲਾ ਨਮਕ ਇਹੋ ਜਿਹਾ ਪਾ ਕੇ ਠੀਕ ਹੈ ਆਕੀ ਇਸ ਤਰ੍ਹਾਂ ਨਹੀਂ ਦੱਸਣੇ ਚਾਹੀਦੇ ਕਿਉਂਕਿ ਫਿਰ ਲੋਗ ਨਾ ਖਰਾਬ ਕਰਦੇ ਆ ਹਾਂ ਜੀ ਆਪਣੇ ਜਾਨਵਰ ਮਾਰ ਲੈਣ ਦੇ ਮੁਰਗੇ ਤਰਾਜ ਕਰਨਗੇ ਇਦਾਂ ਹੀ ਚਲੋ ਕੋ ਪੁੱਛੇ ਦੱਸਾਂ ਕਰਾਂਗੇ ਇਨਸ਼ਾਅੱਲਾ ਮਤਲਬ ਕਿ ਇਹ ਹੈ ਕਿ ਤੁਸੀਂ ਕਹਿੰਦੇ ਅਗਰ ਜਾਨਵਰ ਨੂੰ ਵਾਇਵਦੀ ਵਗੈਰਾ ਹੈਗੀ ਤਾਂ ਉਹਨਾਂ ਨੂੰ ਮਸਾਲਾ ਵਗੈਰਾ ਦੇਣਾ ਚਾਹੀਦਾ ਮਸਾਲਾ ਤੁਮੇ ਚੁਮੇ ਪਾ ਕੇ ਨਾ ਉਹ ਉਹ ਦੇਈਦਾ ਵਾ ਤੁਮੇ ਚਾਰੇ ਜਵਾਨਰ ਲਾ ਕੇ ਨਾ ਸਹੀ ਤੇ ਬਾਕੀ ਵੀ ਨਸਾਦਰ ਵੀ ਪਾ ਲਈਦਾ ਵਾ ਇਹ ਰੜਾ ਵੀ ਪਾ ਲਈਦੀਆਂ ਕਾਲੀ ਜੀਰੀ ਵੀ ਇਹ ਮਿਕਸ ਕਰਕੇ ਸੌਦੇ ਰੱਖ ਲਈਦੇ ਨੇ ਕਾਫੀ ਸਾਰੇ ਨੇ ਬਾਕੀ ਜਾਣ ਨਹੀਂ ਕਰਨਾ ਚਾਹੁੰਦੇ ਕਿਉਂਕਿ ਲੋਕ ਨਕਲ ਬਹੁਤ ਲਾ ਕੇ ਨਾ ਆਪਣਾ ਮਾਲ ਮਾਰ ਲੈਣਗੇ ਕੋਈ ਦੇਣ ਦਾ ਵੀ ਤਰੀਕਾ ਨਾ ਕੋਈ ਇਤਨੇ ਦਿੱਤੀ ਜਾਣਾ ਬਿਲਕੁਲ ਤੇ ਹਲਕੇ ਹਲਕੇ ਤੁਹਾਨੂੰ ਦੱਸਾਂ ਚੋਦੇ ਸਹੀ ਹੈ ਜੀ ਅੱਛਾ ਜੀ ਜਿਹੜੇ ਜਾਨਵਰ ਨੂੰ ਵਾਇਬਾਦੀ ਹੁੰਦੀ ਹੈ ਤੁਸੀਂ ਆਖਿਆ ਉਹਦੇ ਜਿਸ ਤਰ੍ਹਾਂ ਤੇ ਗਿਲਟੀਆਂ ਵਗੈਰਾ ਯਾਨੀਕਰ ਰਸੋਲੀਆਂ ਨਿਕਲ ਆਉਂਦੀਆਂ ਨੇ ਗਿਲਟੀਆਂ ਆ ਜਾਂਦੀਆਂ ਆਖਾਂ 'ਚ ਪਾਣੀ ਆਉਣ ਲੱਗ ਪੈਂਦਾ ਜਾਨਵਰ ਦੇ ਸਹੀ ਹੈ ਮੂੰਹ ਭੁੱਲ ਜਾਂਦਾ ਜਾਨਵਰ ਦਾ ਠੀਕ ਹੈ ਤੇ ਬਿਮਾਰੀ ਦੇ ਲਾਮਤ ਦੇ ਹਿਸਾਬ ਨਾਲ ਆ ਜਾਂਦਾ ਸਮਝੋ ਟੇਟ ਵਗੈਰਾ ਵੀ ਕੰਮ ਚਰਦਾ ਜੀ ਸਮਝ ਲਓ ਬਿਮਾਰੀ ਆਉਂਦੀ ਉਹਨਾਂ ਹੀ ਜਿਸ ਵਕਤ ਉਹਨੂੰ ਨਾ ਵਾਇਬਾਦੀ ਹੋਵੇ ਸਹੀ ਹੈ ਜੀ ਹਾਂਜੀ ਇਹ ਤਰੀਨ ਹੈ ਜੀ ਅੱਛਾ ਜੀ ਹੁਣ ਤੁਸੀਂ ਲੰਗ ਹੀ ਡਾਲ ਲਈ ਬੱਕਰੀਆਂ ਦੀ ਜੇ ਦੁੱਧ ਦਿੰਦੀਆਂ ਨੇ ਸਿੰਪਲ ਨ ਉਹ ਜ਼ਿਆਦਾ ਹੁੰਦਾ ਹੈ ਕਿ ਜੋ ਲਾਂਗੀ ਦਾਲਣ ਦਾ ਦੋ ਜ਼ਿਆਦਾ ਕਰ ਲੀਏ ਲਾਂਗੀ ਖਾਣਾਂ ਜੀ ਦੋ ਜ਼ਿਆਦਾ ਕਰ ਲੀਏ ਲਾਂਗੀ ਨਾਲ ਦੋ ਦੰਦਾਵਾ ਜਿਹੜਾ ਨਰਮੇ ਦੇ ਨਾਲ ਹੁੰਦਾ ਦੋ ਦੁੱਧ ਨਾ ਵੀ ਆ ਉਹਨਾਂ ਡੜੀ ਮੱਖਣ ਦੀ ਬਜਦੀ ਜਾਂ ਇਹਨਾਂ ਨੂੰ ਦੁੱਧ ਜ਼ਿਆਦਾ ਦੇਣ ਗੀਆਂ ਸਹੀ ਜੀ ਨਰਮਾ ਖਾਣ ਸਹੀ ਇਹਦੇ ਇੰਜ ਸਮਝ ਲੈ ਮੇਂ ਛੋਲੇ ਦਾਣਾ ਮਿਲ ਗਿਆ ਬਿਹਤਰੀਨ ਹੋ ਗਿਆ ਜੀ ਠੀਕ ਹੈ ਤਾਂ ਅੱਛਾ ਜੀ ਲਾਂਗੀ ਦੇ ਨਾਲ ਨਾਲ ਤੁਸੀਂ ਕਿਹੜੀ ਕਿਹੜੀ ਖੁਰਾਕ ਬੱਕਰੀਆਂ ਨੂੰ ਅੱਜਕੱਲ ਦੇ ਰਹੇ ਜੀ ਅਸੀਂ ਆ ਨਾ ਫਿਰ ਲਾਂਗੀ ਚਾਰ ਕੇ ਉਸ ਤੋਂ ਬਾਅਦ ਨਰਮੇ ਜਾ ਕੇ ਛੜਨੀਆਂ ਨਰਮਾ ਖਵਾ ਕੇ ਦੁਬਾਰਾ ਫਿਰ 베ਰੀ ਤੇ ਕਿਕਰ ਪਾਉਣਾ ਵਾ ਪਾ ਕੇ ਤੇ ਅਸੀਂ ਤਕਰੀਬ ਅੱਜ ਉਹ ਆਪਣੇ ਘਰਾਂ ਦੇ ਕੋਲੋਂ ਨਾ 40 45 ਕਿਲੋਮੀਟਰ ਦੂਰ ਆਏ ਆ ਵੀ ਆਪਣੇ ਬੱਕਰੀਆਂ ਦੀ ਖਾਤਰ ਵੀ ਮਾਰ ਜਿਹੜਾ ਸੇਹ ਚ ਰਵੇ ਸਰਦੀ ਦੇ ਦਿਨਾਂ ਵਾਂ ਸਹੀ ਹੈ ਜੀ ਤੇ ਹਸਨੈਨ ਭਾਈ ਕੋਲੇ ਅਸੀਂ ਪੰਜ ਹਲ ਸੁਬਾਨਿਆਂ ਚ ਨਾ ਜੀ ਜੀ ਤੇ ਉਹ ਹਸਨੈਨ ਸਾਹਿਬ ਉਹ ਪ੍ਰੀਸ਼ਦ ਤੇ ਗਏ ਨੇ ਜੀ ਤੇ ਉਹਨਾਂ ਕੋਲ ਅਸੀਂ ਆਏ ਆ ਤਾਂ ਕਿ 6-7 ਬੰਦੇ ਆ ਮੇਰੇ ਆਪਣੇ ਜਿਹੜੇ ਨਾ ਸ਼ਗੀਦ ਨੇ ਉਹ ਨੇ ਅਸੀਂ ਆ ਬਿਹਤਰੀਨ ਹੈ ਬਾਕੀ ਸਾਨੂੰ ਬੜੀ ਇੱਥੇ ਸਾਡੇ ਕਿਕਰ ਘਟ ਗਿਆ ਵਾ ਅਸੀਂ ਇੱਥੇ ਆਏ ਆ ਤੇ ਸਾਨੂੰ 30 ਦੂਸਰਾ ਮਹੀਨ 30ਰਾ ਮਹੀਨਾ ਚੜ ਪਿਆ ਵਾ 3 ਮਹੀਨੇ ਹੋ ਚੱਲੇ ਆ ਅੱਛਾ ਜੀ ਲੰਗੀ ਖਾਨ ਦਾ ਕੋਈ ਨੁਕਸਾਨ ਲੰਗੀ ਖਾਨ ਦਾ ਨੁਕਸਾਨ ਕੋਈ ਨਹੀਂਗਾ ਫਿਲਹਾਲ ਇਹ ਆ ਵੀ ਲੰਗੀ ਸਵੇਰ ਦੇ ਟਾਈਮ ਨਹੀਂ ਪਾਉਣੀ ਚਾਹੀਦੀ ਕੋਈ ਖਵਾ ਪਿਆ ਕੇ ਪਾਉਣੀ ਚਾਹੀਦੀ ਆ ਠੀਕ ਜਿੰਦੇ ਨਾਲ ਬੱਕਰੀ ਨੂੰ ਯਾਨੀ ਕਿ ਵੀ ਉਹ ਅਟੈਕ ਨਾ ਕਰੇ ਲੜਣਾ ਨਾ ਜਾਵੇ ਸਹੀ ਹੈ ਤੇ ਲੜਦੀ ਉਹਨਾਂ ਬੰਦਿਆਂ ਕੋਲ ਜਾਨ ਬੰਦਿਆਂ ਕੋ ਕਾਰੀਗਰ ਬੰਦੇ ਕੋ ਨਹੀਂ ਲੜਦੀ ਤਾਂ ਕਿ ਅਸੀਂ ਇਹਨਾਂ ਨੂੰ ਉਹਨਾਂ ਲਾਂਗੀ ਪਾਈ ਆ ਲਾਂਗੀ ਕਮ ਸੋ ਕਮ ਇਹਨਾਂ ਨੂੰ ਚੌਥੇ ਰੱਖਣੀ ਆ ਮਾ ਛੱਲਾ ਲਾ ਲੈਣ ਦੀਆਂ ਸਹੀ ਛੱਲਾ ਲਾ ਕੇ ਚਾਬਲਾਂ ਟਾਣੀ ਵੀ ਨਾਲ ਖਾਨ ਕੱਲੀ ਲਾਂਗੀ ਵਿਚਾਰੀ ਖਾ ਕੇ ਲੜਨ ਵਾਲੀ ਗੱਲ ਆ ਅਸੀਂ ਕਹਿੰਦੇ ਦੋ ਦੋ ਗਿੱਠਾ ਨਾਲ ਟਾਣੀ ਵੀ ਨਾਲ ਖਾਨ ਕੱਲੀ ਲਾਂਗੀ ਵਿਚਾਰੀ ਖਾ ਕੇ ਲੜਨ ਵਾਲੀ ਗੱਲ ਆ ਸਹੀ ਹੈ ਸਹੀ ਹੈ ਬਿਹਤਰ ਹੋ ਗਿਆ ਅਸੀਂ ਉਹ ਮੈਂ ਨਾ ਪਾਲੀ ਸਾਡ ਦਾਦੂ ਪਿੱਛੇ ਅੱਗੇ ਨਿਮਾ ਸੀ ਖੜੀਆਂ ਹਾਂਜੀ ਉਹ ਦਰਖਦ ਦੇ ਨਿਮਾ ਦੇ ਜੀ ਜੀ ਉਹ ਅਸੀਂ ਇਹ ਨਾ ਚੌਥੀ ਕੱਟ ਕੇ ਭਾਏ ਨੇ ਠੀਕ ਹੈ ਜੀ ਉਹਨਾਂ ਨਿਮ ਜਿੰਨੇ ਖਾਣੀ ਹੋ ਤਾਂ ਸਮਝ ਲਓ ਵੀ ਥੱਲੇ ਮੰਜੀ ਢਾਲਵੇ ਬੰਦੇ ਦੀ ਤੇ ਵੈਸੀ ਉਹਦੀ ਬਾਈਬਾਦੀ ਮਰ ਜਾਂਦੀ ਤਾਂ ਫੇਰ ਖਾ ਵੀ ਗਈਆਂ ਨੇ ਬਿਲਕੁਲ ਜੀ ਇਦਾਂ ਹੀ ਜੀ ਬਿਹਤਰੀਨ ਹੋ ਗਿਆ ਅੱਛਾ ਜੀ ਅੱਜਕੱਲ ਨਰਮੇ ਵੀ ਤਕਰੀਬਨ ਖਤਮ ਹੋਣ ਵਾਲੇ ਨੇ ਹਾਂਜੀ ਤੇ ਕਿਕਰ ਵੀ ਤਕਰੀਬਨ ਆਪਣੇ ਇਲਾਕੇ ਚ ਖਤਮ ਹੀ ਹੋ ਜਾਂਦਾ ਜੀ ਜੀ ਉਸ ਤੋਂ ਬਾਅਦ ਕਿਹੜੇ ਬੱਕਰੀਆਂ ਨੇ ਚਾਰੇ ਵਗੈਰਾ ਤੁਸੀਂ ਐਸ ਤੋਂ ਬਾਅਦ ਅਸੀਂ ਚਲ ਜਾਨਾ ਵਾ ਮਸਾਲੇ ਆਪਣੇ ਪਿੱਛੇ ਘਰੇ ਹਮਮ ਤੇ ਅੱਗੇ ਅਸੀਂ ਬੱਕਰੀ ਨੂੰ ਪਾਉਂਦੇ ਸੀਗੇ ਮਟਰ ਤੇ ਪੱਠੇ-ਪੁੱਠੇ ਬਰਸੇਮ ਦੇ ਜੀ ਹੁਣ ਅਸੀਂ ਫਿਰ ਸੈਲਜ ਤੇ ਦਾਣੇ ਮੱਕੀ ਦੇ ਪਾ ਕੇ ਨਾ ਮਿਕਸ ਕਰਕੇ ਹਾਂਜੀ ਤੇ ਨਮਕ ਦੇ ਡਲੇ ਵੱਡੇ ਰੱਖ ਕੇ ਵਾੜਿਆਂ ਦੇ ਵਿੱਚ ਕੰ ਟੰਗ ਦੇ ਨੇ ਵਰਮੇ ਕੱਢ ਕੇ ਨਾ ਜੀ ਜੀ ਤੇ ਉਹ ਨਾਲ ਛੱਡ ਦਿੰਦੇ ਨੇ ਤੇ ਖੁਦ ਆਪਣਾ ਮਸਾਲਾ ਸ਼ਾਮ ਨੂੰ ਮਿਰਚਾਂ-ਮੁਰਚਾਂ ਦਾ ਵਾਲ ਵਾਲ ਕੇ ਰੱਖਿਆ ਹੁੰਦਾ ਠੀਕ ਹੈ ਜੀ ਉਹ ਦੇਣਾ ਉਹ ਸ਼ਾਮ ਨੂੰ ਦੇਈਦਾ ਵਾ ਸਵੇਰ ਦੇ ਟਾਈਮ ਨਹੀਂ ਕਿਉਂਕਿ ਸਵੇਰ ਦਾ ਟਾਈਮ ਲੱਟ ਜਾਂਦਾ ਸਹੀ ਹੈ ਹਾਂਜੀ ਬਿਹਤਰ ਹੋ ਗਿਆ ਅੱਛਾ ਜੀ ਤੁਸੀਂ ਮਸਾਲੇ ਦੀ ਗੱਲ ਕੀਤੀ ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਕਾਡਿਡ ਨੰਬਰ ਸ਼ੇਅਰ ਕਰ ਦਿਓ ਨੰਬਰ ਲੈਣੋਂ ਤਾਂ ਕਿ ਕੋਈ ਦੋਸਤ ਪੁੱਛਣਾ ਚਾਵੇ ਤੇ ਤੁਸੀਂ ਉਹਨੂੰ ਪਰਸਨਲੀ ਦੇ ਸਕੋ ਹਾਂਜੀ ਇਨਸ਼ਾਅੱਲਾ ਲੋਕ ਕਿ ਐਦਾ ਕੋਈ ਅਣਜਾਣ ਬੰਦਾ ਨਹੀਂ ਅਸੀਂ ਉਹਨਾਂ ਦਾ ਕੋਈ ਜ਼ਿਆਦਾ ਕੋ ਲੜਾ ਕੇ ਭਾਈ ਜੰਦੇ ਕੋ ਦੇਣ ਦਾ ਵੀ ਤਰੀਕਾ ਨਾ ਇਹਦੇ ਨੇ ਸਵੇਰ ਉੱਟ ਕੇ ਮਸਾਲਾ ਦੇ ਦੇ ਉਹ ਨਿਹਾਰ ਕਾਲ ਤੇ ਲੜ ਜਾਵੇ ਸਹੀ ਹੈ ਬਾਅਦ ਕਹਣਾ ਜੀ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਕਰ ਲਿਆ ਬਾਅਦ ਆਪਣੇ ਜ਼ਰੂਰਤਾਂ ਆ ਲੈਣਾ ਜੀ ਜੀ ਬਾਕੀ ਬਗੈ ਇਕ ਤੁਹਾਨੂੰ ਆਪਣੀ ਤਰਫੋਂ ਗੁਜ਼ਾਰਸ਼ ਆ ਹਰ ਬੱਕਰੀ ਵਾਲੇ ਨੂੰ ਹਰ ਜਿਹੜੇ ਰੇਵੜ ਵਾਲੇ ਨੂੰ ਜਿਹੜਾ ਬੰਦਾ ਆਪਣਾ ਫਾਰਮ ਤਿਆਰ ਕਰ ਰਿਹਾ ਨਾ ਜੀ ਜੀ ਜ਼ਿਲ੍ਹਾ ਸਾਈਵਾਲ ਦੇ ਵਿੱਚ ਉਹਨਾਂ ਦਾ ਨੰਬਰ ਫਿਰ ਤੁਹਾਨੂੰ ਲੈ ਕੇ ਦੇਵਾਂਗੇ ਉਹਨਾਂ ਸਾਡੀ ਬੱਕਰੀ ਦਾ ਅਪਰੇਸ਼ਨ ਕੀਤਾ ਜੀ ਜੀ ਅਸੀਂ ਤਕਰੀਬਨ ਨਾ 40 ਸਾਲਾਂ ਬਾਅਦ ਕਾਮਯਾਬ ਹੋ ਗਏ ਹੁਣ ਸਹੀ ਜੀ ਅੱਗੇ ਅਪਰੇਸ਼ਨ ਦਾ ਸਾਨੂੰ ਕੋਈ ਸਿਸਟਮ ਨਹੀਂ ਲੱਭਦਾ ਇਹ ਲਾਹੌਰ ਜਾਂਦੇ ਚਾਹੁੰਦੇ ਹੀ ਨਹੀਂ ਸਹੀ ਬਾਕੀ ਸਾਨੂੰ ਨਾ ਲਾਹੌਰੋਂ ਆਪਣਾ ਫੋਨ ਆਇਆ ਸੀ ਇੱਕ ਦੋਸਤਾਂ ਨੇ ਕੀਤਾ ਤੇ ਚੀਚਾ ਬਤਨੀਓ ਜੀ ਜੀ ਡਾਕਟਰ ਇੱਕ ਹੈਗਾ ਵਾ तकरीबन ਉਥੇ ਸਾਈਵਾਲ ਅੱਛਾ ਜੀ ਉਹਨਾਂ ਸਾਡੀ ਇੱਕ ਬੱਕਰੀ ਦਾ ਅਪਰੇਸ਼ਨ ਕੀਤਾ ਮਾਸ਼ਾਅੱਲਾ ਅੱਲਾ ਪਾਕ ਤੰਦਰੁਸਤੀ ਦੇ ਦੁਆਵਾਂ ਦੇਣੇ ਉਸ ਡਾਕਟਰ ਨੂੰ ਜਿਸ ਬੰਦੇ ਨੇ ਸਾਡੇ ਮਾਲ ਦਾ ਜਿਹਨੇ ਅਪਰੇਸ਼ਨ ਕੀਤਾ ਬੱਕਰੀ ਦਾ ਬੱਚਾ ਮਰਿਆ ਪਿਆ 8 ਦਿਨ ਦਾ ਅੱਛਾ ਜੀ ਉਹਨੇ ਕੱਢਿਆ ਬਾਅਦ ਜਿਵੇਂ ਵੱਡਾ ਪ੍ਰੇਸ਼ ਨਹੀਂ ਹੁੰਦਾ ਉਸ ਦਾ ਇਸ ਤਰੀਕੇ ਦਾ ਔਰ ਬੱਕਰੀ ਪੱਠੇ ਵੀ ਖਾਂਦੀ ਆ ਮਾਸ਼ਾਅੱਲਾ ਔਰ ਤੁਹਾਨੂੰ ਅਸੀਂ ਇਹ ਨਹੀਂ ਕੁਝ ਵੀਡੀਓ ਦੁਹਾਈ ਸੀ ਨਾ ਤੁਹਾਨੂੰ ਜੀ ਜੀ ਤੇ ਉਹ ਵੀ ਬੰਮ ਸ਼ੇਅਰ ਕਰ ਦਿਓ ਨਾਲ ਇਹਨਾਂ ਦੇ ਠੀਕ ਹੈ ਜੀ ਤੇ ਇਨਸ਼ਾਅੱਲਾ ਆਇਆ ਵੇਖ ਲਓ ਅਪਰੇਸ਼ਨ ਉਹਦਾ ਕੀਤਾ ਹਕੀਕਤ ਜੇ ਹਾਂਜੀ ਉਸ ਡਾਕਟਰ ਨੇ ਅਸੀਂ ਤਾਂ ਉਹਨਾਂ ਨੂੰ ਨਾ ਦੁਆਵਾਂ ਦੇਨੇ ਰਾਤ ਦੇਣਾ ਵੀ ਅੱਲਾ ਪਾਕ ਉਹ ਤੰਦਰੁਸਤੀ ਦੇ ਅੱਗੇ ਅਸੀਂ 50 ਬੱਕਰੀਆਂ ਮਾਰ ਲੈਂਦੇ ਬੱਚਾ ਮਰ ਜਾਣਾ ਤੇ ਅੱਗੋਂ ਰਹਿਮ ਦਾ ਮੂੰਹ ਨਹੀਂ ਖੁੱਲਦਾ ਹਾਂਜੀ ਰਹਿਮ ਦਾ ਮੂੰਹ ਉਰ ਲੈ ਇੱਧਰ ਲੈ ਇਹ ਚੋਜ ਦੇ ਫੜ ਲਾਜਾ ਤੇ ਉਹ ਨਾ ਰਹਿਮ ਦਾ ਮੂੰਹ ਨਹੀਂ ਖੁੱਲਦਾ ਬੱਕਰੀਆਂ ਕਈ ਮਾਰ ਲੈਂਦੇ ਸਾਂ ਸਹੀ ਜੀ ਹੁਣ ਅੱਗੇ ਤੇ ਚਲੋ ਅਸੀਂ ਆਪਣਾ ਤਜਰਬਾ ਕਰਦੇ ਹਾਂ ਸਾਇੰਸ ਦਾ ਤਜਰਬਾ ਮੀਆਂ ਬਹੁਤ ਵੱਧ ਗਿਆ ਬਿਹਤਰੀਨ ਬਾਕੀ ਅਸੀਂ ਹਰ ਬੰਦੇ ਨੂੰ ਕਹਿੰਨੇ ਆ ਜਿਹਦੀ ਬੱਕਰੀ ਦਾ ਅੱਛਾ ਜਿਹਦੀ ਬੱਕਰੀ ਨਾ ਮਸਾਲੇ ਬੱਚਾ ਹੋ ਜਾਣਾ ਗਲਤ ਹਾਂਜੀ ਤੇ ਜ਼ਿਲ੍ਹਾ ਸਾਈਵਾਲ ਦੇ ਵਿੱਚ ਆ ਕੇ ਨਾ ਅਹਿਲਹੁਵਾਨਾਂ ਦੇ ਨਾਲ ਅਹਿਲਹੁਵਾਨਾਂ ਦੇ ਨਾਲ ਦੇ ਜਿਹੜੇ ਆ ਹਾਂਜੀ ਉਹਨਾਂ ਦਾ ਮੈਂ ਨਾਮ ਤੁਹਾਨੂੰ ਲੈ ਜਾਗਾ ਤੇ ਡਾਕਟਰ ਦਾ ਜੀ ਜੀ ਉਹਨ ਦੇ ਕੋਲ ਆਜ ਮੈਂ ਆਪ ਚੈੱਕ ਕਰਾਉ ਬਿਹਤਰੀ ਹੈ ਉਸ ਬੰਦੇ ਨੇ ਪਹਿਲੇ ਅਲਟਰਾਸਾਉਂਡ ਕੀਤਾ ਬੱਚਾ ਮਰ ਗਿਆ ਉਹਨੂੰ ਕਿ 3 ਦਿਨ ਹੋ ਗਏ ਨੇ ਠੀਕ ਹੈ ਜੀ ਤੇ ਸਾਡੀ ਨਿਕਨ 8 ਦਿਨ ਹੋ ਗਏ ਸੀਗੇ ਅੱਛਾ ਜੀ ਤੇ ਬੱਕਰੀ ਸੂਂਦੀ ਨੇ 12 ਦਿਨ ਹੋ ਗਏ ਸੀ ਨਹੀਂ ਨਿਕਲਦੀ ਸੀ ਸਹੀ ਅਸੀਂ ਛੁਰੀ ਲੈ ਕੇ ਉੱਤੇ ਬਹਿ ਗਏ ਆ ਸਹੀ ਪਰ ਨਹੀਂ ਮਾਸ਼ੱਲਾ ਅੱਲਾਹ ਪਾਕ ਨੇ ਬੜੀ ਕਾਮਯਾਬ ਕੀਤੀ ਉਹ ਬੱਕਰੀ ਆ ਇਸ ਟਾਈਮ ਕਰੇ ਆ ਮਾਸ਼ੱਲਾ ਔਰ ਨਾਲ ਵੀ ਆਉਣਾ ਚਾਹੁੰਦੀ ਆ ਅੱਜ ਹੋ ਗਏ ਨੇ ਜਨਾਬ ਨੂੰ 9ਵਾਂ ਦਿਨ ਆ 8 8ਵਾਂ ਦਿਨ ਹੈਗਾ ਜਦੋਂ ਪ੍ਰੈਸ਼ਰ ਹੋਏ ਨੂੰ ਸਹੀ ਹਾਂਜੀ ਤੁਸੀਂ ਨੰਬਰ ਬੋਲ ਦਿਓ ਆਪਣਾ ਇੱਕ ਵਾਰ ਨੰਬਰ ਦੋਮੇ ਤੁਹਾਨੂੰ ਦੰਦਣਾ 0307 ਜੀ ਜੀ 7537 ਜੀ 972 0307 7537 972 ਸਹੀ ਹੈ ਜੀ ਦੂਸਰਾ ਨੰਬਰ 0341 83 62 481 ਬਿਹਤਰੀਨ ਹੈ ਜੀ 0341 83 62 481 ਮੇਰਾ ਨੰਬਰ ਆ ਸਹੀ ਹੋ ਗਿਆ ਜੀ ਇਨਸ਼ਾਅੱਲਾ ਅੱਲਾ ਖੈਰ ਕਰੇਗਾ ਬਿਹਤਰੀਨ ਆ ਸਾਰਿਆਂ ਤੋਂ ਬਾਕੀ ਇਹ ਤੇਰਾ ਜਿਹੜਾ ਚੈਨਲ ਦੇਖਦੇ ਸਾਰਿਆਂ ਨੂੰ ਮੇਰੀ ਤਰਫੋਂ ਅਸਲਾਮੁਅਲੈਕਮ ਬਾਕੀ ਇਹਨਾਂ ਬੰਦਿਆਂ ਨੇ ਬਹੁਤ ਇਨਸ਼ਾਅੱਲਾ ਬਹੁਤ ਬਹੁਤ ਫੋਨ ਕਰਦੇ ਨੇ ਤੁਸੀਂ ਆਪ ਖੁਸ਼ ਨੇ ਸਾਡੇ ਜੋ ਗੱਲ ਨਹੀਂ ਹੈਗੀ ਵੀ ਨਫਰਤ ਖਾਨ ਦੀ ਜੀ ਜੀ ਬਾਕੀ ਇਨਸ਼ਾਅੱਲਾ ਇਹਨਾਂ ਦੀ ਦੁਆਵਾਂ ਨਾਲ ਅੱਲਾ ਪਾਕ ਸਾਨੂੰ ਕਾਮਯਾਬ ਕਰਿਆ ਬਹੁਤ ਅਲੋਗ ਜੀ ਤੋਂ ਚੱਲੋ ਜੀ ਵੀਡੀਓ ਐਂਡ ਕਰਤੇ ਹਾਂ ਮਿਲਤੇ ਹਾਂ ਇਨਸ਼ਾਅੱਲਾ ਕੱਲ੍ਹ ਵੱਲ ਵੀਡੀਓ ਮੈਂ ਤਬ ਤੱਕ ਲਈ ਅੱਲਾ হাফেজ